ਅਤੇ ਚੰਚਲ ਗਾਨਾ ਹਾਊਸ ਦੇ ਵਿੱਚੋਂ ਪਰਸੋਂ ਜਿਹੜੇ 16 ਵੈਪਨ ਚੋਰੀ ਕਰਕੇ ਬੰਦੇ ਲੈ ਗਏ ਸੀ, ਇਹਨਾਂ ਨੇ ਕਟਰ ਦੇ ਨਾਲ ਤਾਲੇ ਤੋੜੇ ਔਰ ਨਾਲ ਉੱਥੇ ਇੱਕ ਥੌੜਾ ਸੀ ਅਤੇ ਕਰਾੜ ਸੀ ਜਿਹਦੇ ਨਾਲ ਇਹ ਤੋੜ ਕੇ ਇਹ ਅੰਦਰ ਐਂਟਰ ਹੋ ਗਏ। ਇਹ 4 ਬੰਦੇ ਸੀ, ਇਹਨਾਂ 4ੋਂ ਨੇ ਇੱਕ ਮੋਟਰਸਾਈਕਲ 'ਤੇ ਆਏ। ਇਹ ਪਹਿਲਾਂ ਰੈਕੀ ਵੀ ਕਰਦੇ ਰਹੇ ਉਸ ਦੁਕਾਨ ਦੇ ਆਸੇ ਪਾਸੇ, ਅਤੇ ਇਹਨਾਂ 4ੋਂ ਨੇ ਵੀ ਰੈਕੀ ਦੇ ਵਿੱਚ ਦੇਖ ਲਿਆ ਵੀ ਇੱਥੋਂ ਸੌਖਾ ਜਿਹੜਾ ਵੈਪਨ ਲਿਆ ਜਾ ਸਕਦਾ, ਅਤੇ ਇਹਨਾਂ ਨੇ ਉਹ ਤਾਲੇ ਤੋੜ ਕੇ 16 ਵੈਪਨ ਜਿਹੜੇ ਨੇ ਇਹ ਚੋਰੀ ਕੀਤੇ। ਹਾਂਜੀ ਨਹੀਂ 16 ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਜੀ। ਇਹਦੇ ਵਿੱਚੋਂ 14 ਜਿਹੜੇ ਨੇ ਅਸੀਂ ਬਰਾਮਦ ਕਰ ਲਏ ਨੇ, 5 ਬੰਦੇ ਅਸੀਂ ਗ੍ਰਿਫਤਾਰ ਕੀਤੇ ਨੇ ਔਰ ਇੱਕ ਜਿਹੜਾ ਬੰਦਾ ਨਾਲ ਹੋ ਰਹੇ ਉਹਦੇ ਕੋਲ ਜਾ ਕੇ ਇਹਨਾਂ ਨੇ ਵੈਪਨ ਰੱਖੇ ਸੀ, ਇੱਕ ਪਿਸਟਲ ਜਿਹੜਾ ਉਹਦੇ ਕੋਲੋਂ ਵੀ ਮਿਲਿਆ ਹੈ। ਔਰ ਮੈਂ ਇਹਦੇ 'ਚ ਸੰਗਰੂਰ ਪੁਲਿਸ ਨੂੰ ਵਧਾਈ ਦੇਣਾ, SSP ਸਾਹਿਬ ਦੀ ਅਗਵਾਈ ਹੇਠ ਇਹਨਾਂ ਦੀ ਸਾਰੀ ਟੀਮ ਨੇ 24 ਘੰਟੇ ਦੇ ਵਿੱਚ ਜਿਹੜੀ ਇਹ ਵਾਰਦਾਤ ਇਹ ਟਰੇਸ ਕੀਤੀ ਹੈ ਔਰ ਇਹਨਾਂ ਦਾ ਜਿਹੜੀ ਅੱਗੇ ਇਹਨਾਂ ਨੇ ਲੁੱਟਾਂ ਖੋਹਾਂ ਕਰਨੀਆਂ ਸੀ, ਹੋਰ ਵੀ ਇਹ ਕ੍ਰਾਈਮ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਕੋਈ ਹੋਰ ਲੁੱਟਾਂ ਖੋਹਾਂ ਕਰ ਸਕਦੇ ਸੀ ਜਾਂ ਕੋਈ ਵੱਡਾ ਕ੍ਰਾਈਮ ਜਿਹੜੇ ਕਰ ਸਕਦੇ ਸੀ। ਅਸੀਂ ਮਾਣਯੋਗ ਅਦਾਲਤ ਤੋਂ ਜਿਹੜਾ ਰਿਮਾਂਡ ਲੈ ਕੇ ਇਹਨਾਂ ਦੀ ਫਰਦਰ ਪੁੱਛਗਿੱਛ ਕਰਾਂਗੇ ਕਿ ਇਹਨਾਂ ਦੇ ਕਿਹੜੇ ਕਿਹੜੇ ਬੰਦਿਆਂ ਨਾਲ ਹੋਰ ਲਿੰਕ ਨੇ, ਇਹ ਪਹਿਲਾਂ ਕਿੱਥੇ ਕਿੱਥੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ। ਮਕਸਦ ਇਹ ਸੀ ਜੀ, ਇਹਨਾਂ ਨੂੰ ਉੱਥੋਂ ਸੌਖਾ ਮਿਲ ਗਿਆ, ਈਜ਼ੀ ਮਿਲ ਗਿਆ ਇਹਨਾਂ ਨੂੰ ਵੀ ਤਾਲੇ ਤੋੜ ਕੇ ਜਿਹੜੇ ਅੰਦਰ ਵੈਪਨ ਸੌਖੇ ਅਸੀਂ ਲੁੱਟ ਕੇ ਲੈ ਗਏ। ਜਦੋਂ ਦੁਕਾਨ ਉੱਥੇ SSP ਸਾਹਿਬ ਨੇ ਮੌਕਾ ਦੇਖਿਆ, ਮੈਂ ਵੀ ਮੌਕਾ ਦੇਖ ਕੇ ਗਿਆ, ਅਤੇ ਜਿਹੜੇ ਉਹਦੇ ਸਿਕਿਉਰਿਟੀ ਦੇ ਲੈਫਸਰ ਸੀ ਜਿਹੜੇ ਉਹਨੇ ਆਪਣੇ ਪੂਰਾ ਧਿਆਨ ਨਹੀਂ ਦਿੱਤਾ ਹੋਇਆ ਸਿਕਿਉਰਿਟੀ ਦੇ ਬੇਸ ਦੇ ਉੱਤੇ, ਕਿਵੇਂ ਕਿਵੇਂ ਉਹਨੂੰ ਪ੍ਰਿਕੋਸ਼ਨ ਲੈਣੇ ਚਾਹੀਦੇ ਨੇ ਉੱਥੇ, ਉਹ ਦੁਕਾਨ ਵੱਲੋਂ ਨਹੀਂ ਸੀ ਲਏ ਗਏ। ਅਸੀਂ ਉਹਦੇ ਖਿਲਾਫ਼ ਹੀ ਜਿਹੜਾ ਐਕਸ਼ਨ ਲਵਾਂਗੇ।